आकाशवाणी खबर आपवन वर्मा कोला पहले इस बेले दिया खास खास खबरा प्रधानमंत्री नरेंद्र मोदी ओरया कहया जे क्वाड भारत प्रशांत क्षेत्र च शांति तरक्की ते समृद्धि लई काम करने लई मुख्य समूह दे तोरा पर सामने आया है बनने ऊपर शांति ते शांति है कीजिए पाकिस्तान केंद्र दी मजबूत सरकार थमा डरेदा है आख्या गृह मंत्री अमित शाह और एयर मार्शल अमरप्रीत सिंह और नियुक्त हुए अगले चीफ ऑफ एयर स्टाफ आप नेता आतीश ओर दिल्ली दे मुख्यमंत्री पद दी सगंध लेती ਕੇਂਦਰੀ ਪ੍ਰਤੱਖ ਕਰ ਬੋਰਡ ਨੇ ਆਇਕਰ ਵਿਵਾਦਾਂ ਦੇ ਮਾਮਲੇ 'ਚ ਬਕਾਇਆ ਪੀਲेंगी ਸੁਲਝਾਣ ਲਈ ਪ੍ਰਤੱਖ ਕਰ ਵਿਵਾਦ ਸੇ ਵਿਸ਼ਵਾਸ ਯੋਜਨਾ 2024 ਸ਼ੁਰੂ ਕੀਤੀ ਤੇ ਭਾਰਤ ਚਿਨਈ ਟੈਸਟ 'ਚ ਬੰਗਲਾਦੇਸ਼ ਦੇ ਖਿਲਾਫ ਮਜ਼ਬੂਤ ਸਥਿਤੀ 'ਚ ਉਨ ਖਬਰਾਂ ਦਾ ਤਫਸੀਲ ਕਰਨਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਲੇ ਆਖਿਆ ਜੇ ਕੁਆਡ ਹਿੰਦ ਪ੍ਰਸ਼ਾਂਤ ਖੇਤਰ 'ਚ ਸ਼ਾਂਤੀ ਤਰੱਕੀ ਤੇ ਸਮਰiddhi ਲਈ ਕੰਮ ਕਰਨਿਆ ਵਾਲੇ ਸਮਾਨ ਵਿਚਾਰਧਾਰਾ ਵਾਲੇ ਮੁਲਕਾਂ ਦੇ ਇੱਕ ਮੁੱਖ ਸਮੂਹ ਦੇ ਤੌਰ 'ਤੇ ਸਾਹਮਣੇ ਆਇਆ ਹੈ ਪ੍ਰਧਾਨ ਮੰਤਰੀ ਔਰ ਅਮਰੀਕਾ ਚ ਡੈਲਵियर ਦੇ ਵਿਲਮਿੰਗਟਨ ਚ ਸ਼ੁਰੂ ਹੋਣਿਆਲੇ 6 ਮਈ ਸਾਲਾਨਾ ਕੁਆਡ ਲੀਡਰਾਂ ਦੇ ਸ਼िखर ਸੰਮੇਲਨ ਚ ਇਸ ਆਲੇ ਨੇ ਆਸਤਾ ਜਾਵਰਦਨ ਮੇਦੇ ਜੇ ਕੁਆਡ ਸਮੂਹ ਦੇ ਸਦਸ ਸ ਜਲਵਾਯੂ ਪਰਿਵਰਤਨ თਮਾ ਲਈਏ ਮਤਤਪੂਰਨ ਉਬਰ ਦੇ ਪ੍ਰਦੋਗਿਕ ਜਿਨੇ ਕਈ ਮੁੱਦੇ ਪਰ ਚਰਚਾ ਕਰਗਨ ਕੁਆਡ ਸ਼ਿਕਰ ਸੈਮਿਲੈਂਸ਼ਾ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 올 ਅੱਜ ਰਾਤੀ ਰਾਸ਼ਟਰਪਤੀ ਜੋ ਬਾਈਡਨ ਨੂੰ ਦੇਖਣ ਦੇ ਬੱਕੀ ਬੈਠਕਾ ਕਰਗਨ ਪ੍ਰਧਾਨ ਮੰਤਰੀ ਉਹਨਾਂ ਦਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲ ਬੈਂਜ਼ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੋਮਿਓ ਕਿਸ਼ੀਦਾ ਉਹਨਾਂ ਦੇ ਕਨੇਬੀ ਮੀਟ ਕਾ ਕਰਨੇ ਦਾ ਕਾਰਕਰਮ ਹੈ ਪ੍ਰਧਾਨ ਮੰਤਰੀ ਮੋਦੀ ਉਹਨੇ ਪ੍ਰੋਸਾ ਜਤਾਇਆ ਹੈ ਜੇ ਉਹ ਜੋ ਬਾਈਡਨ ਉਹਨਾਂ ਕਨੇ ਮਲਾਟੀ ਦੌਰਾਨ ਭਾਰਤ ਤੇ ਅਮਰੀਕਾ ਵਿਚਕਾਰ ਵਿਆਪਕ વૈਸ਼ਵਿਕ ਰਾਜਨੀਤੀ ਸਾਂਝਦਾਰੀ ਕੀ ਔਰ ਮਜ਼ਬੂਤ ਕਰਨੇ ਆਸਤਾ ਨਵੇਂ ਰਸਤੇ ਦੀ ਸਮੀਖਿਆ ਤੇ ਪਛਾਣ ਕਰਗਨ ਬੀਜੇਪੀ ਦੇ ਵ੍ਰਿਸ਼ਟ ਨੇਤਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਓ ਨੇ ਅੱਜ ਇਸ ਗੱਲ 'ਤੇ ਜ਼ੋਰ ਭਰਿਆ ਜੇ ਪਾਕਿਸਤਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਤਾਂ ਮਾੜ ਦਦਾ ਜਿਸ ਦਾ ਨਤੀਜਾ ਇਹ ਹੈ ਜੇ ਜੰਮੂ ਦੇ ਬੰਨੇ ਉੱਪਰ ਮਤੇ ਸਮੇਤ ਮਾ ਯੁੱਧ ਵਿਰਾਮ ਦਾ ਉਲੰਘਣ ਨਹੀਂ ਹੋਇਆ ਹੈ ਆਕਾਸ਼ਵਾਣੀ ਜੰਮੂ ਦੇ ਸੰਵਾਦਦਾਤਾ ਦੀ ਰਿਪੋਰਟ ਮੁਜਬ ਪੁੰਚ ਜ਼ਿਲ੍ਹੇ ਦੇ ਮੇਂਡਰ ਥਮਾ ਬੀਜੇਪੀ ਮੇਦਵਾਰ ਮੁਰਤਜ਼ਾ ਖਾਨ ਹੁੰਦੇ ਸਮਰਥਨ ਚ ਇੱਕ ਰੈਲੀ ਕੀ ਸੰਬੋਧਿਤ ਕਰਦੇ ਹੋਏ ਸ਼ਾਹ ਹੋਰੇ ਆਖਿਆ ਹੈ ਜੇ ਬੰਨੇ ਉੱਪਰ ਸ਼ਾਂਤੀ ਕਾਇਮ ਹੈ ਤੇ ਮੇਂਡਰ ਦੇ ਲੋਕ ਤੇ ਬੰਨੇ ਕੰਨੇ ਲੱਗਣ ਵਾਲੇ ਦੂਏ ਜ਼ਿਲ੍ਹੇ ਦੇ ਲੋਕ ਸ਼ਾਂਤੀ ਤੇ ਰਮਾਨਦਾਰੀ ਕੰਨੇ ਰਵਾਰ ਦੇਣ ਉਨੇ ਆਖਿਆ ਜੇ 1990 ਥਮਾ ਇਹ ਇਲਾਕਾ ਆਤੰਗਵਾਦ ਦੀ ਵਜ੍ਹਾ ਕੰਨੇ ਬਰਬਾਦ ਹੋਈ ਗੇਦਾ ਹਾ ਉਨੇ ਆਖਿਆ ਜੇ ਐਨਸੀ ਪੀਡੀਪੀ ਤੇ ਕਾਂਗਰਸ ਦੇ ਰਾਜ ਚ ਪਹਾੜੀ ਗੁੱਜਰ ਤੇ ਬੱਕਰ ਵਾਲੇ ਗੀ ਉੰਦੇ ਅਧਿਕਾਰ ਥਮਾ ਵੰਚਿਤੇ ਰੱਖਿਆ ਗਿਆ ਹੈ ਉਨੇ ਇਹ ਵੀ ਆਖਿਆ ਜੇ ਇਹਨੇ ਲੋਕਾਂ ਦੀ ਵਜ੍ਹਾ ਕੰਨੇ ਗਾ ਜੰਮੂ ਕਸ਼ਮੀਰ ਚ ਪੰਚਾਇਤ ਬीडीसी ਤੇ ਡीडीसी ਦੇ ਚੁਣਾਬ ਮਤੇ ਚਿਰੇ ਥਮਾ ਨਹੀਂ ਹੋਈ ਸਕੇ ਸ਼ੌਰ ਨੇ ਆਖਿਆ ਜੇ ਅੱਜ 30000 ਥਮਾ ਮਤੇ ਪੰਚਾਇਤ ਬਲੌਗ ਤੇ ਜ਼ਿਲ੍ਹੇ ਦੇ ਨੁਮਾਇੰਦੇ ਲੋਕਤੰਤਰ ਦਾ ਨੰਦ ਲਿਆ ਕਰਦੇ ਨੇ 에어 마샬 ਅਮਰਪ੍ਰੀਤ ਸਿੰਘ ਜਿਹੜੇ ਇਸ ਲਈ 에어 ਸਟਾਫ ਦੇ ਵਾਈਸ ਚੀਫ ਦੇ ਤੌਰ 'ਤੇ ਕੰਮ ਕਰਾਰ ਦੇਨ ਕਿ 에어 ਸਟਾਫ ਦੇ ਅਗਲੇ ਚੀਫ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ ਅਮਰਪ੍ਰੀਤ ਸਿੰਘ ਇਸਮੀ ਨੇ ਦੀ 3 ਤਰੀਕ ਦੁਪਹਿਰੀ 에어 ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਹੁੰਦੇ ਸ਼ਾ 에어 ਸਟਾਫ ਦੇ ਚੀਫ ਦਾ ਅਹੁਦਾ ਸੰਭਗਨ ਅਮਰਪ੍ਰੀਤ ਸਿੰਘ ਹੋਰੇਗੀ 1984 ਚ ਭਾਰਤੀ ਵਾਯੂ ਸੈਨਾ ਦੇ ਲੜਾਕੂ ਪਾਇਲਟ ਸਟ੍ਰੀਮ ਚ ਕਮਿਸ਼ਨਡ ਕੀਤਾ ਗਿਆ ਹਾ ਤੇ ਇਹਨੇ ਤਕਰੀਬਨ 40 ਬਰੇ ਦੀ ਲੰਮੀ ਸੇਵਾ ਦੌਰਾਨ ਬਕ ਬਕ ਕਮਾਂਡ ਸਟਾਫ ਨਿਰਦੇਸ਼ਕ ਤੇ ਵਿਦੇਸ਼ੀ ਨਿਯੁਕਤੀਆਂ ਚ ਆਪਣੀ ਸੇਵਾ ਦਿੱਤੀਆਂ ਨੇ ਏਅਰ ਅਫਸਰ ਇੱਕ ਯੋਗ ਉਡਾਨ ਪ੍ਰਸ਼ਿਕਸ਼ਕ ਤੇ ਇੱਕ ਐਕਸਪੈਰੀਮੈਂਟਲ ਟੈਸਟ ਪਾਇਲਟ ਨੇ ਜਿੰਦੇ ਕਾਸ਼ ਬਕ ਬਕ ਕਿਸਮੇ ਦੇ ਫਿਕਸਡ ਤੇ ਰੋਟਰੀ ਵਿੰਗ ਵਿਮਾਨੇ ਉਪਰ 5000 ਸ਼ਮਤੇ ਘੰਟੇ ਦਾ ਅਨੁਭਵ ਹੈ। ਆਕਾਸ਼ਵਾਣੀ ਜੰਮੂ ਦਾ ਖੇਤਰੀ ਸਮਾਚਾਰ ਇਕਾਂਸ਼ 18 ਸਤੰਬਰ 2024 ਕੋਲਾ ਤਰੌਂਗੇੜੇ ਚ ਹੋ ਆਕਰਦੇ ਵਿਧਾਨ ਸਭਾ ਚੁਨਾਵ 2024 ਦੇ ਸਿੰਸਲੇ ਚ ਜੰਮੂ ਸੰਭਾਗ ਦੇ ਸਭ ਨੇ 10 ਜ਼ਿਲ੍ਹੇ ਦੇ ਬਾਰੇ ਚ ਵਿਸ਼ੇਸ਼ ਜ਼ਿਲ੍ਹਾ ਪ੍ਰੋਫਾਈਲ ਕਾਰਕਰਮ ਦੀ ਇੱਕ ਸ਼੍ਰੇਂਖਲਾ ਪ੍ਰਸਾਰਿਤ ਕਰਾਰਦਾ ਹੈ। ਇਸ سلسلے ਚ ਅਜੇ ਢੋਲੀ ਡੋਡਾ ਕਿਸ਼ਤਵਾਰ ਰਾਮਬਨ ਤੇ ਰਜौरी ਜ਼ਿਲ੍ਹੇ ਪਰ ਆਧਾਰਿਤ ਕਾਰਕਰਮ ਵੀ ਪ੍ਰਸਾਰਿਤ ਕੀਤੇ ਜਾ ਚੁਕੇ ਦੇਨ ਤੇ ਹੁਣ ਕੱਲ 22 ਸਤੰਬਰ ਕੀ ਪੂੰਛ ਜ਼ਿਲ੍ਹੇ ਪਰ ਆਧਾਰਿਤ ਵਿਸ਼ੇਸ਼ ਕਾਰਕਰਮ ਦਾ ਪ੍ਰਸਾਰਣ ਕੀਤਾ ਜਾਗ ਇਹਦੇ ਪ੍ਰੰਤ ਇਸੇ ਮਹੀਨੇ ਦੀ 24 26 27 28 ਤੇ 30 ਸਤੰਬਰ ਕੀ ਬੜਲੇ 8:45 ਮਿੰਟ ਉਪਰ ਬਾਕੀ ਰੋਂਦੇ ਜ਼ਿਲੇ ਪਰ ਅਧਾਰਿਤ ਕਾਰਕ੍ਰਮ ਵੀ ਪ੍ਰਸਾਰਿਤ ਕੀ ਤੇਜਾਂਗਨ ਜਿੰਦੇ ਚ ਜੰਮੂ ਸੰਬਾਗ ਦੇ ਇਨੇ ਜ਼ਿਲੇ ਦਾ ਇਤਿਹਾਸਿਕ ਪ੍ਰਟਨ ਤੇ ਰਾਜਨੀਤਿਕ ਆਵਲੋਕਨ ਪੇਸ਼ ਕੀਤਾ ਜਾਦ ਕੇਂਦਰ ਸ਼ਾਸਿਤ ਪ੍ਰਦੇਸ਼ ਚ ਉਹ ਆਕਰ ਦੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਦੀ ਇਸ ਸ਼੍ਰਿੰਕਲਾ ਦਾ ਮਕਸਦ ਆਕਾਸ਼ਵਾਨੀ ਜੰਮੂ ਦੇ ਸ਼੍ਰੋਤਾਇਆਂ ਲਈ ਜੰਮੂ ਸੋਬਾਗ ਦੇ ਸਭਨੇ 10 ਜ਼ਿਲ੍ਹੇ ਦੇ ਅਰ ਇੱਕ ਵਿਧਾਨ ਸਭਾ ਖੇਤਰ ਦੇ ਬਾਰੇ ਚ ਮਹੱਤਵਪੂਰਨ ਜਾਣਕਾਰੀ ਪ੍ਰਸਾਰਿਤ ਕਰਨਾ ਤੇ ਉਹਨੇ ਗੀ ਜਾਗਰੂਕ ਕਰਨਾ ਹੈ। ਇਹ ਖਬਰਾਂ ਤੁਸ ਆਕਾਸ਼ਵਾਨੀ ਥਮਾ ਸੁਨਾ ਕਰਦੇ ਹੋ। ਆਪ ਨੇਤਾ ਆਤੀਸ਼ੀ ਉਹਨੇ ਸ਼ਨੀਵਾਰ ਨੇ ਦਿੱਲੀ ਦੇ ਮੁੱਖ ਮੰਤਰੀ ਪਦ ਦੀ ਸਗੰਧ ਲੈਤੀ ਇਹ ਦਿੱਲੀ ਦੀਆਂ ਤਰੀ ਤੇ ਸਭ ਨੇ ਸ਼ੱਕਾ ਟੁਮਰੀ ਦੀਆਂ ਮਹਿਲਾ ਮੁੱਖ ਮੰਤਰੀ ਨ ਇਹ ਭਾਰਤ ਦੀਆਂ 17ਵੀਂ ਮਹਿਲਾ ਮੁੱਖ ਮੰਤਰੀ ਬਣੀ ਗਈਆਂ ਨ ਆਪ ਦੇ ਵਿਰਿਸ਼ਟ ਨੇਤਾਵਾਂ ਦਾ ਇਹ ਥੋੜੇ ਚਿਰੇ ਦਾ ਕਾਰਜਕਾਲ ਹੋਗ ਕਿ ਜੇ ਫਰਵਰੀ ਮਹੀਨੇ ਚ ਰਾਸ਼ਟਰੀ ਰਾਜਧਾਨੀ ਦਿੱਲੀ ਚ ਵਿਧਾਨ ਸਭਾ ਦੇ ਚੋਣ ਹੋਣਿਆ ਲੈਣ ਪਹਿਲੀ ਬਾਰੀ ਵਿਧਾਇਕ ਬਣੀਆਂ ਆਤੀਸ਼ੀ ਔਰ ਪਾਰਟੀ ਦਾ ਮੁੱਖ ਚਿਹਰਾ ਨਾ ਤੇ ਅਰਵਿੰਦ ਕੇਜਰੀਵਾਲ ਨੂੰ ਦੇ ਤਿਹਾਰ ਜੇਲ ਜਾਣੇ ਮਗਰਾਂ ਉਹਨੇ ਪਾਰਟੀ ਚ ਇੱਕ ਅਹਿਮ ਭੂਮਿਕਾ ਨਿਭਾਈ ਕਾਲਕਾ ਜੀ ਥਮਾ ਵਿਧਾਇਕ ਆਤੀਸ਼ੀ ਹੁੰਦਾ ਨਾ ਕੇਜਰੀਵਾਲ ਨੂੰ ਦੇ ਮੁੱਖ ਮੰਤਰੀ ਪਦ ਥਾ ਮਾ ਅਸਤੀਫਾ ਦੇਨੇ ਮਗਰਾਂ ਇਸ ਪਦ ਲਈ ਸਬਨੇਸ਼ਾ ਅੱਗੇ ਹਾ 43 ਬਰੇ ਦੀ ਆਤੀਸ਼ੀ ਔਰ ਦਿੱਲੀ ਦੀਆਂ ਸਭ ਨੇ ਥਮਾ ਘਾਟ ਉਮਰੀ ਦੀਆਂ ਮਹਿਲਾ ਮੁੱਖ ਮੰਤਰੀ ਬਣੀ ਗਈਆਂ ਨਾ ਸ਼ੀਲਾ ਦੀਕਸ਼ੀਤ ਔਰ 60 ਬਰੇ ਦੀਆਂ ਹੀਆਂ ਜਿਸਲੇ ਉਹਨੇ ਦਿੱਲੀ ਦੇ ਮੁੱਖ ਮੰਤਰੀ ਪਦ ਦਾ ਸੰਭਾਲਿਆ ਤੇ ਸੁਸ਼ਮਾ ਸਲਵਾਜ ਔਰ ਜਿਸਲੇ ਇਹ ਪਦ ਸੰਭਿਆ ਹਾ ਉਹ ਉਸਲੇ 46 ਬਰੇ ਦੀਆਂ ਹੀਆਂ ਆਤੀਸ਼ੀ ਔਰ ਇਸਲੇ ਦੇਸ਼ੇ ਚ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦੇ ਕੰਨੇ ਦੋ ਹੀ ਮਹਿਲਾ ਮੁੱਖ ਮੰਤਰੀਨ ਕੇਂਦਰੀ ਪ੍ਰਤੱਖ ਕਰ ਬੋਰਡ ਨੇ ਆਇਕਰ ਵਿਵਾਦਾਂ ਦੇ ਮਾਮਲੇ 'ਚ ਬਕਾਇਆ ਅਪੀਲਾਂ 'ਕੀ ਸੁਲਝਾਣੇ ਲਈ ਪ੍ਰਤੱਖ ਕਰ ਵਿਵਾਦ ਸੇ ਵਿਸ਼ਵਾਸ ਯੋਜਨਾ 224 ਸ਼ੁਰੂ ਕੀਤੀ ਹੈ। ਇਹ ਯੋਜਨਾ ਅਗਲੇ ਮਹੀਨੇ ਦੀ ਪਹਿਲੀ ਤਰੀਖ ਤੋਂ ਲਾਗੂ ਹੋ ਜਾਗ। ਇਹ ਯੋਜਨਾ ਇਸ ਵਾਰ 31 ਦਸੰਬਰ ਜਾਂ ਉਹਦੇ ਤੋਂ ਪਹਿਲੇ ਸ਼ਪਤ ਪੱਤਰ দাਇਰ ਕਰਨੇ ਵਾਲੇ ਕਰਦਾਤਾਾਂ ਦੀ ਕਟ ਰਕਮ ਦੇਣੇ ਚ ਸਖਾਲ ਕਰ। ਜੰਮੂ ਕਸ਼ਮੀਰ ਚ ਉਹ ਆਕਰਦੇ ਅਸੈਂਬਲੀ ਚੁਨਾਅ ਚ ਕਾਂਗਰਸ ਮੇਦਵਾਰਾਂ ਦੇ ਅੱਕੇ ਚ ਪ੍ਰਚਾਰ ਕੀਤੇ ਜੰਮੂ ਆਏ ਦੇ ਕਾਂਗਰਸ ਪਾਰਟੀ ਦੇ ਰਾਸ਼ਟਰਪਤੀ ਮਲਿਕਾ ਅਜਨ ਖੜਗੇ ਔਰੇ ਆਖਿਆ ਹੈ ਜੇ ਉੰਦੀ ਪਾਰਟੀ ਰਾਹੁਲ ਗਾਂਧੀ ਔਰੇਂਗੀ ਦਿੱਤੀ ਜਾਦੀ ਧਮਕੀਆਂ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਗ ਆਕਾਸ਼ਵਾਨੀ ਦੇ ਜੰਮੂ ਸੰਵਾਦਾ ਦਾ ਰਿਪੋਰਟ ਮੁਜਬ ਖੜਗਿਓ ਰਿਆਕਿਆ ਜੇ ਕਾਂਗਰਸ ਪਾਰਟੀ ਕਦੇ ਵੀ ਆਰਐਸਐਸ ਤੇ ਬੀਜੇਪੀ ਦੇ ਬੰਡ ਪਵਾਉਣ ਵਾਲੇ ਏਜੰਡੇ ਅਗੇ ਨਹੀਂ ਚੁੱਕਗ ਅੱਜ ਜੰਮੂ ਚ ਆਯੋਜਿਤ ਇੱਕ ਸੰਵਾਦਾਤਾ ਸੰਮੇਲਨ ਕੀ ਸੰਬੋਧਿਤ ਕਰਦੇ ਹੋਏ ਖੜਗਿਓ ਰਿਆਕਿਆ ਜੇ ਲੋਕ ਸਭਾ ਚ ਵਿਪੱਖਸ਼ ਦੇ ਨੇਤਾ ਰਾਹੁਲ ਗਾਂਧੀ ਨੂੰ ਦੇ ਖਿਲਾਫ ਬੀਜੇਪੀ ਦੇ ਨੇਤਾ ਆਸਿਆ ਕੀਤੀ ਗਈ ਦੀ ਕथित ਇਤਰਾਜਜੋਕ ਟਿੱਪਣੀਆਂ ਪਰ ਆਖਰ ਪ੍ਰਧਾਨ ਮੰਤਰੀ ਹੋਰ ਚੁੱਪਕੀਨ ਉਹਨੇ ਆਖਿਆ ਜੇ ਮੋਦੀ ਹੋਰ ਬੀਜੇਪੀ ਤੇ ਆਰਐਸਐਸ ਦੇ ਨੇਤਾ ਦੇ ਕਤਿਤ ਪੜਕਾਉ ਬਿਆਨੇ ਦੀ ਅੰਦੀਖੀ ਕਰਾ ਕਰ ਦੇਣ ਤੇ ਉਹ ਇਸ ਕਰੀਏ ਇਹਨੇ ਨੇਤਾਇ ਖਿਲਾਫ ਕੋਈ ਕਾਰਵਾਈ ਨਹੀਂ ਕਰ ਦੇ ਕੀਜੀਏ ਉਹ ਆਪੂ ਨੇ ਨੇਤਾਇ ਥਮਾ ਡਰ ਦੇਣ ਖੜਗੇ ਹੋਰੇ આરોਪ ਲਾਇਆ ਜੇ ਰਾਹੁਲ ਗਾਂਧੀ ਹੋਰੇਗੀ ਆਤੰਗਵਾਦੀ ਤੇ ਰਾਸ਼ਟਰ ਵਿਰੋਧੀ ਕਰਾਰ ਦਿੱਤਾ ਜਾ ਕਰਦਾ ਤੇ ਪ੍ਰਧਾਨ ਮੰਤਰੀ ਹੋਰ ਨਿਆਂ ਕਰਨ ਵਾਲੇ ਲੋਕੇ ਖਿਲਾਫ ਕੋਈ ਕਾਰਵਾਈ ਨਹੀਂ ਕਰੀਏ ਆਪੂ ਨੇ ਗਲਤ ਚੀਜ਼ਾਂ ਗੀ ਬੜਾਵਾ ਦਿਆ ਕਰ ਦੇਣ ਗਵਰਨਮੈਂਟ ਈ ਮਾਰਕਟ ਪਲੇਸ ਯਾਨੀ ਜਮ ਨੇ ਸਰਕਾਰ ਦੀ 100 ਦਿਨੇ ਦੀ ਪਹਿਲ ਕਦਮੀ ਤੇ ਤੋਰਾਂ ਪਰ ਆਪਣੇ ਪਲੇਟਫਾਰਮ ਉਪਰ ਲੈਣ-ਦੇਣ ਕਰਨਿਆਲੇ ਵਿਕਰੇਤਾਏ ਤੇ ਸੇਵਾ ਦੇਣਿਆਲੇ ਉਪਰ ਲਾਏ ਜਾਣਿਆਲੇ ਲੈਣ-ਦੇਣ ਦੀ ਕੀਮਤੇ ਕੀ ਘਟਕੀਤਾ ਹੈ ਵਾਨੀਜ्य ਤੇ ਉਦਯੋਗ ਮੰਤਰਾਲੇ ਨੇ ਆਖਿਆ ਹੈ ਜੇ ਜਮ ਨੇ ਆਪਣੇ ਲੈਣ-ਦੇਣ ਸ਼ੁਲਕ 'ਚ ਤਕਰੀਬਨ 33 ਫੀਸਦੀ ਦੀ ਕਮੀ ਕੀਤੀ ਹੈ ਜਿਹਦੇ ਕੰਨੇ ਜਮ ਵਿਕਰੇਤਾਏਂਗੀ ਜਾਂ ਸੇਵਾ ਦੇਣਿਆਲੈਂਗੀ ਔਰ ਮਤਾ ਮੁਕਾਬਲੇ ਜੋਗ ਬਨਨੇ ਲਈ ਮਤਾ ਫਾਇਦਾ ਹੋਣੇ ਦੀ ਮੇਦ ਹੈ ਜਮ ਨੇ ਪੋਰਟਲ ਦੀ ਨਵੀਂ ਰਾਜਸਵ ਨੀਤੀ ਦੀ ਕੋਸ਼ਨਾ ਕੀਤੀ ਹੈ ਜਿਹੜੀ ਇਸ ਬਰੇ 9 ਅਗਸਤ ਤੋਂ ਮਾਲ ਲਾਗੂ ਹੋਈ ਗਈ ਹੈ ਇਸ ਨੀਤੀ ਮੁਤਾਬਕ 10 ਲੱਖ ਰੁਪਏ ਤੱਕ ਦੀ ਕੀਮਤ ਵਾਲੇ ਸਭ ਨੇ ਆੜੇ ਉੱਪਰ ਉਹਨ ਲੇਨ ਦੇਣ ਆਲਾ ਕੋਈ ਸ਼ੁਲਕ ਨੇ ਲੱਗ ਜਦ ਕਿ ਪਹਿਲੇ ਇਸ ਦੀ ਸੀਮਾ 5 ਲੱਖ ਰੁਪਏ ਤੱਕ ਰਹੀ ਮੰਤਰਾਲੇ ਨੇ ਆਖਿਆ ਜੇ ਜਮ ਉੱਪਰ ਤਕਰੀਬਨ 97 ਫੀਸਦੀ ਲੇਨ ਦੇਣ ਉੱਪਰ ਕੋਈ ਸ਼ੁਲਕ ਨਹੀਂ ਲੱਗਗ ਉਹਨੇ ਆਖਿਆ ਜੇ 10 ਲੱਖ ਰੁਪਏ ਕੋਲਾ ਵੱਧ ਆੜੇ ਸ਼ੁਲਕ ਉੱਪਰ ਨਾ ਮਾਤਰ 0.03 ਫੀਸਦੀ ਸ਼ੁਲਕ ਲੱਤਾ ਜਾਗ ਇਹ ਖਬਰਾਂ ਤੁਸ ਆਕਾਸ਼ਵਾਣੀ ਤੁਮਾ ਸੁਣਾ ਕਰਦੇ ਹੋ ਪਰਿਆਵਰਣ ਜੰਗਲਾਤ ਤੇ ਜਲਵਾਯੂ ਪਰਵਤਨ ਮੰਤਰਾਲੇ ਨੇ ਜੰਗਲੀ ਜੀਵ ਜੈੰਤੂਆਂ ਦੇ ਰੋਣਿਆਲੀ ਥਾਰੇ ਦੇ ਸੰਗਠਿਤ ਵਿਕਾਸ ਲਈ 100 ਦਿਨੇ ਦਾ ਲਕਸ਼ਅ ਆ ਸਰਕਾਰੀ ਲੇਤਾ ਹੈ ਹਾਲ ਚੱਕ ਕੇ ਕੇਂਦਰੀ ਮੰਤਰੀ ਮੰਡਲ ਨੇ 2600 ਕਰੋੜ ਰੁਪਏ ਸ਼ਾਮ ਮਤੇ ਦੇ ਖਰਚੇ ਕਰਨੇ ਜੰਗਲੀ ਜੀਵ ਜੈੰਤੂਆਂ ਦੇ ਆਵਾਸ ਵਿਕਾਸ ਯੋਜਨਾ ਕੀ ਜਾਰੀ ਰੱਖਣੇ ਦੀ ਮਨਜ਼ੂਰੀ ਦੇ ਦਿੱਤੀ ਹੀ ਕੁੱਲ 55 ਬਾਗ ਰਿਜ਼ਰਵਸ 33 ਆਥੀ ਰਿਜ਼ਰਵਸ ਤੇ 17 718 ਸੰਰਖਿਤ ਇਲਾਕੇ ਤੇ ਉੰਦੇ ਜ਼ੋਨ ਦੀ ਇਸ ਯੋਜਨਾ ਦਾ ਫਾਇਦਾ ਹੋਗ ਚੇਨਈ ਦੇ ਐਮਏ ਚਿਤੰਬਰਮ ਸਟੇਡੀਅਮ ਚ ਬੰਗਲਾਦੇਸ਼ ਖਿਲਾਫ ਖੇਡੇ ਜਾ ਰਹੇ ਟੈਸਟ ਮੈਚ ਭਾਰਤ ਨੇ ਆਪਣੀ ਸਥਿਤੀ ਬੜੀ ਮਤੀ ਮਜ਼ਬੂਤ ਕਰ ਲੈਤੀ ਦੀ ਹੈ ਪਹਿਲੇ ਟੈਸਟ ਮੈਚ ਦੇ ਅੱਜ ਤ੍ਰਿਏ ਦਿਨ ਦਾ ਖੇਡ ਮੁਕਨੇ ਤੱਕਰ ਬੰਗਲਾਦੇਸ਼ ਦੀ ਟੀਮ ਨੇ 4 ਵਿਕਟਾਂ ਦੇ ਨੁਕਸਾਨ ਪਰ 158 ਰਨਸ ਬਣਾਈ ਲਾਤੇ ਨਾ ਬੰਗਲਾਦੇਸ਼ ਲਈ ਸ਼ਾਕਿਬ ﺍﻟ हसन 5 ਤੇ ਨਜਮੁਲ ਹੁਸੈਨ ਸ਼ਾਂਤੋ ਕੁੰਜਾ ਰਨਸ ਬਣਾਈਏ ਕ੍ਰੀਜ਼ ਉੱਪਰ ਨਾ ਇਹਦੇ ਸ਼ਾ ਪਹਿਲੇ ਅੱਜ ਭਾਰਤ ਨੇ 4 ਵਿਕਟਾਂ ਪਰ 287 ਰਨਸ ਬਣਾਈਏ ਆਪਣੀ ਦੂਈ ਪਾਰੀ ਕੋਸ਼ਿਸ਼ਤ ਕਰੀ ਦਿੱਤੀ ਤੇ ਬੰਗਲਾਦੇਸ਼ ਕੀ ਜਿੱਤ ਲਈ 515 ਰਨਸ ਦਾ ਬੜਾ ਵੱਡਾ ਲਕਸ਼ ਦੇ ਦਿੱਤਾ ਪਾਰੀ ਦੀ ਤਰਫਾ ਸ਼ੁਭਮਨ ਗਿੱਲ ਨੇ 119 ਤੇ ਰਿਸ਼ਭ ਪੰਤ ਨੇ 109 ਰੰਸ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ ਜਿਹਦੀ ਮਦਦ ਕੰਨੇ ਭਾਰਤ ਨੇ 4 ਵਿਕਟੇ ਦੇ ਨੁਕਸਾਨ ਪਰ 287 ਰੰਸ ਪਰ ਆਪਣੀ ਪਾਰੀ ਕੋਸ਼ਿਸ਼ ਕੀਤੀ ਗਿਲ ਤੇ ਪੰਤ ਨੇ ਚੌਥੀ ਵਿਕਟੇ ਲਈ 167 ਰੰਸ ਦੀ ਸਾਂਝੇਦਾਰੀ ਕੀਤੀ ਇਹਨਾਂ ਸ਼ਾ ਪਹਿਲੇ ਬੰਗਲਾਦੇਸ਼ ਆਪਣੀ ਪਹਿਲੀ ਪਾਰੀ ਚ ਛੜੇ 199 ਰੰਸ ਦਾ ਗੈਪ ਬਣਾਈ ਸਕਿਆ ਹਾ ਬੀਜੇਪੀ ਦੇ ਵਰਿਸ਼ਟ ਨੇਤਾ ਤੇ ਰਾਜ ਸਭਾ ਸਾਂਸਦ ਇੰਜੀਨੀਅਰ ਗੁਲਾਮ ਅਲੀ ਖਟਾਨਾ ਔਰ ਇਹ ਨੈਸ਼ਨਲ ਕਾਨਫਰੰਸ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਹੁੰਦੇ ਓਕੜੇ ਦਾਅਵੇ ਦੀ ਖਾਰਜ ਕੀਤਾ ਜਿਹਦੇ ਚ ਉਹਨੇ ਆਖਿਆ ਹੈ ਕਿ ਕੇਂਦਰ ਸਰਕਾਰ ਦੇ ਮੰਤਰੀ ਮੰਡਲ ਚ ਇੱਕ ਵੀ ਮੁਸਲਿਮ ਮੰਤਰੀ ਨਹੀਂ ਹੈ ਇਸ ਬਿਆਨ ਚ ਸਾਂਸਦ ਖਟਾਨਾ ਹੋਰੇ ਇਸ ਦਾਅਵੇ ਕੀ ਖਾਰਜ ਕਰਦੇ ਹੋਈ ਮੋਦੀ ਸਰਕਾਰ ਦੀ ਇਹ ਕਲਿਆਣਕਾਰੀ ਗੈਹੇਂ ਪਰ ਲੋਪਾਈ ਤੇ ਆਖਿਆ ਜੇ ਨਰਿੰਦਰ ਮੋਦੀ ਹੋਂ ਦੀ ਅਗਵਾਈ ਅਲੀ ਕੇਂਦਰ ਸਰਕਾਰ ਨੇ ਜਿਹੜੀਆਂ ਪਹਿਲ ਕਦਮੀਆਂ ਕੀਤੀਆਂ ਹਨ ਉਹਦੇ ਕਰੀ ਵੰਸ਼ਵਾਦੀ ਰਾਜਨੀਤੀ ਕਰਨ ਵਾਲੇ ਅਬਦੁੱਲਾ ਤੇ ਗਾਂਧੀ ਪਰਵਾਰੇ ਅੰਦਰ ਡਰਤਰਾ ਪੈਦਾ ਹੋਈ ਗੇਦਾ ਖਟਾਨਾ ਹੋਰੇ ਆਖਿਆ ਜੇ ਇਹਨੇ ਦੋਨੇ ਪਰਵਾਰੇ ਕਈ ਦਾਕੇ ਤੱਕਰ ਵੋਟ ਬੈਂਕ ਦੀ ਸਿਆਸਤ ਲਈ ਮੁਸਲਿਮ ਸਮੁਦਾਇ ਕੀ ਆਸ਼ੀਅ ਪਰ ਰੱਖਿਆ ਹੈ ਖਟਾਨਾਵਰੇ ਇਹਨੇ ਪਰਵਾਰਿਆ ਆਸ਼ਿਆ ਚੁਣਾਈਆਂ ਦਰਾਨ ਮੁਸਲਿਮ ਸਮੁਦਾਇ ਲਈ ਚਾਂਦ ਚੱਕ ਜਾਗੀਰੀ ਚੇਂਤਾ ਦੀ ਸਖਤ ਨਿੰਦਿਆ ਕੀਤੀ ਹੈ ਤੇ ਕੰਨੇ ਦਾਵਾ ਵੀ ਬਣਾਇਆ ਹੈ ਜੇ 17 ਬਰੇ ਤੱਕਰ ਇਹਨੇ ਪਰਵਾਰੇ ਮੁਸਲਿਮ ਸਮੁਦਾਇਗੀ ਅੰਦੀਖੀ ਕੀਤੀ ਹੈ ਕੇਂਦਰੀ ਸੂਚਨਾ ਤੇ ਪ੍ਰਸਾਰਣ ਤੇ ਸੰਸਦੀય ਮਾਮਲੇ ਦੇ ਰਾਜ ਮੰਤਰੀ ਡਾਕਟਰ ਐਲ ਮੁਰਗਨ ਹੋਰੇ ਆਖਿਆ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੰਦੀ ਤ੍ਰਿਏ ਕਾਰਿਆਕਾਲ ਦੀ ਸਰਕਾਰ ਨੇ ਪਹਿਲੇ 100 ਦਿਨਾਂ ਵਿੱਚ 15 ਲੱਖ ਕਰੋੜ ਰੁਪਏ ਦੀ ਲੋਕਾਂ ਲਈ ਕਲਿਆਣ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਅੱਜ ਥੂੜੂ ਕੁੜੀ ਚ ਬੋਲਦੇ ਉਹਨੇ ਆਖਿਆ ਜੇ ਬੁਨਿਆਦੀ ਢਾਂਚੇ ਲਈ ਸਰਕਾਰ ਨੇ ਮਹਿਲਾ ਆਸਿਆ ਚਲਾਇਆ ਜਾ ਰਹੇ ਘਰੇ ਲਈ 3 ਲੱਖ ਰੁਪਏ ਦਾ ਪ੍ਰਬੰਧਨ ਕੀਤਾ ਹੈ ਭਾਰਤ ਤੇ ਬ੍ਰਾਜ਼ੀਲ ਨੇ ਊਰਜਾ ਖੇਤਰ ਚ ਮੌਜੂਦਾ ਸਹਿਯੋਗ ਤੇ ਦਪੱਕੀ ਵਪਾਰ ਚ ਆਪਸੀ ਰਿਸ਼ਤੇ ਤੇ ਸਥਾਈ ਇਦਨ ਖਾਸ ਤੌਰ ਪਰ ਜੈਵ ਇਦਨ ਚ ਸਹਿਯੋਗ ਦੀ ਸਮੀਖਿਆ ਕੀਤੀ ਹੈ ਇਹ ਗੱਲ ਪੈਟਰੋਲੀਅਮ ਤੇ ਪ੍ਰਾਕ੍ਰਿਤਿਕ ਗੈਸ ਮੰਤਰੀ ਹਰਦੀਪ ਸਿੰਘ ਪੂਰੀ ਤੇ ਬ੍ਰਾਜ਼ੀਲ ਦੇ ਖਦਾਨ ਤੇ ਊਰਜਾ ਮੰਤਰੀ ਅਲੈਗਜ਼ੈਂਡਰ ਸਿਲਵੇਰੀਆ ਉੰਦੇ ਬਸ਼ਕਾਰ ਉਹਦੀ ਬੈਠਕ ਮਗਰਾ ਜਾਰੀ ਕੀਤੇ ਗਏ ਦੇ ਇੱਕ ਸਾਂਝੇ ਬਿਆਨ ਚ ਕੀਤੀ ਗਈ ਹੈ ਪੂਰੀ ਔਰ ਬੀਰਵਾਰੇ ਥਮਾ ਬ੍ਰਾਜ਼ੀਲ ਦੇ ਤ੍ਰੈ ਦਿਨੇ ਦੇ ਦੌਰੇ ਉੱਪਰ ਨਾ ਅਖੀਰ ਚ ਖਾਸ ਖਾਸ ਖਬਰਾਂ ਇੱਕ ਵਾਰੀ ਪੜਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਖਿਆ ਜੇ ਕੁਆਡ ਭਾਰਤ ਪ੍ਰਸ਼ਾਂਤ ਖੇਤਰ ਚ ਸ਼ਾਂਤੀ ਤਰੱਕੀ ਤੇ ਸਮ੍ਰਿੱਧੀ ਲਈ ਕੰਮ ਕਰਨ ਲਈ ਮੁੱਖ ਸਮੂਹ ਦੇ ਤੌਰਾ ਪਰ ਸਾਹਮਣੇ ਆਇਆ ਹੈ ਬੰਨੇ ਉੱਪਰ ਸ਼ਾਂਤੀ ਹੈ ਕਿ ਜੇ ਪਾਕਿਸਤਾਨ ਕੇਂਦਰ ਦੀ ਮਜ਼ਬੂਤ ਸਰਕਾਰ ਥਾ ਮਾ ਡਰੇਦਾ ਹੈ ਆਖਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੇ 에어 ਮਾਰਸ਼ਲ ਅਮਰਪ੍ਰੀਤ ਸਿੰਘ ਹੋਰ ਨਿਯੁਕਤ ਹੋਏ ਅਗਲੇ ਚੀਫ ਆਫ 에어 ਸਟਾਫ ਆਪ ਨੇਤਾ ਆਤੀਸ਼ੀ ਅਤੇ ਦਿੱਲੀ ਦੇ ਮੁੱਖ ਮੰਤਰੀ ਪਾਦ੍ਰਿਸ਼ ਸਗੰਦ ਲਿਆਤੀ ਕੇਂਦਰੀ ਪ੍ਰਤੱਖ ਕਰ ਬੋਰਡ ਨੇ ਆਇਕਰ ਵਿਵਾਦਾਂ ਦੇ ਮਾਮਲੇ ਚ ਬਕਾਇਆ ਅਪੀਲਾਂ ਕੀ ਸੁਲਝਾਣ ਲਈ ਪ੍ਰਤੱਖ ਕਰ ਵਿਵਾਦ ਸੇ ਵਿਸ਼ਵਾਸ ਯੋਜਨਾ 2024 ਸ਼ੁਰੂ ਕੀਤੀ ਤੇ ਭਾਰਤ ਚ ਨਈ ਟੈਸਟ ਚ ਬੰਗਲਾਦੇਸ਼ ਦੇ ਖਿਲਾਫ ਮਜ਼ਬੂਤ ਸਥਿਤੀ ਚ ਇਹ ਦੇ ਕੰਨਿਆ ਗਿਆ ਖਬਰੇਦਾਰ ਬੁਲੇਟਿਨ ਸਮਾਪਤ ਹੋਆ